ਫਿਰੋਜ਼ਪੁਰ ਵਿੱਚ ਪੁਲਿਸ ਮੁਲਾਜ਼ਮ ਦੀ ਰਿਟਾਇਰਮੈਂਟ ਮੌਕੇ ਸਾਰੇ ਮੁਲਾਜ਼ਮ ਹੋਏ ਭਾਵੁਕ। ਰਿਟਾਇਰਮੈਂਟ ਹੋਮਗਾਰਡ ਮੁਲਾਜ਼ਮ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾ ਰਿਹਾ ਹੈ, ਹੁਣ ਇਸ ਨੌਕਰੀ ਤੋਂ ਰਿਟਾਇਰਮੈਂਟ ਹੋਈ ਹੈ। ਇਸ ਮੌਕੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਹਰਬੰਸ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਹਰਬੰਸ ਸਿੰਘ ਜੀ, ਮੈਂ 92 ਸਨ ਤੋਂ ਭਰਤੀ ਪੰਜਾਬ ਹੋਮਗਾਰਡ ਦਾ ਜਵਾਨ ਹਾਂ ਜੀ। 92 ਸਨ ਤੋਂ ਭਰਤੀ ਹਾਂ, ਜਿਹੜਾ ਹੁਣ 24 ਦੇ ਵਿੱਚ 2024 ਦੇ ਵਿੱਚ ਰਿਟਾਇਰਮੈਂਟ ਹਾਂ ਜੀ। ਇਸ ਤਰ੍ਹਾਂ ਦੀ ਸੇਵਾ ਲਵਾਈ ਜੀ? ਸੇਵਾ ਬਹੁਤ ਵਧੀਆ ਨਿਭੀ ਆ ਜੀ, ਸਾਰੇ ਅਫਸਰਾਂ ਨਾਲ ਮੇਲ ਮਿਲਾਪ, ਕਿਸੇ ਨਾਲ ਬੋਲ ਵਿਗਾੜ ਨਹੀਂ ਗਾ ਜੀ। ਥਾਣੇ ਵੱਲੋਂ ਅੱਜ ਮੈਨੂੰ ਰਿਟਾਇਰਮੈਂਟ ਕੀਤਾ ਜਾਂਦਾ ਜੀ, ਤੇ ਬਹੁਤ ਮਾਣ ਸਤਿਕਾਰ ਕੀਤਾ ਗਿਆ ਜੀ। ਜਿਹੜੀ ਰਿਟਾਇਰਮੈਂਟ ਕਿਸ ਤਰ੍ਹਾਂ, ਜਿਵੇਂ ਇੱਕ ਅਫਸਰ ਨੂੰ ਵਧਾਈ ਦਿੱਤੀ ਜਾਂਦੀ, ਉਸ ਤਰ੍ਹਾਂ ਜੇ ਤੁਹਾਡੇ? ਹਾਂਜੀ 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 ਸਰ। ਕੀ ਅੱਜ ਜਿਹੜਾ ਥਾਣੇ ਵੱਲੋਂ ਜਿਹੜਾ ਤੁਹਾਡਾ ਅਰੇਂਜਮੈਂਟ ਕਰਕੇ ਕਿਸ ਤਰ੍ਹਾਂ? ਵਧੀਆ ਮਾਣ ਸਤਿਕਾਰ ਕੀਤਾ ਜਾਂਦਾ ਜੀ। ਕੁਛ ਦਿੱਤਾ ਤੁਹਾਨੂੰ ਜਿਹੜਾ, ਗਿਫਟ ਵੀ ਕੀਤਾ ਕੋਈ? ਹਾਂਜੀ ਹਾਂਜੀ ਹਾਂਜੀ। ਕੀ ਕੁਛ ਦਿੱਤਾ? ਇੱਕ ਫ੍ਰਿਜ ਦਿੱਤੀ ਆ ਜੀ ਖੁਸ਼ੀ ਨਾਲ, ਸਾਰਿਆਂ ਦੇ ਸੰਯੋਗ ਨਾਲ। ਹਾਂਜੀ ਹਾਂਜੀ, ਸਾਰਿਆਂ ਦੇ ਸੰਯੋਗ ਨਾਲ। ਬਹੁਤ ਧੰਨਵਾਦ, ਸ਼ੁਕਰੀਆ ਜੀ। ਅੱਜ ਤੁਸੀਂ ਥਾਣਾ ਛੱਡ ਕੇ ਜਾ ਰਹੇ, ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ? ਥਾਣਾ ਛੱਡ ਕੇ ਤਾਂ ਜਾ ਰਹੇ, ਇੱਕ ਵਾਰੀ ਤਾਂ ਮਹਿਸੂਸ ਹੋਊਗਾ ਜੀ, ਹੌਲੀ ਹੌਲੀ ਭੁੱਲ ਜੂਗਾ ਜੀ। ਸਰ, ਇੱਕ ਹੋਮਗਾਰਡ ਨੂੰ ਅੱਜ ਵਿਦਾ ਕਰ ਰਹੇ, ਕਿਸ ਤਰ੍ਹਾਂ? ਇਹ ਸਰਦਾਰ ਹਰਬੰਸ ਸਿੰਘ ਸਾਡੇ ਨਾਲ, ਇਹ ਜਦੋਂ ਤੋਂ ਮੈਂ ਇੱਥੇ ਹਾਂ ਉਦੋਂ ਤੋਂ ਮੈਂ ਇਹਨਾਂ ਨਾਲ ਡਿਊਟੀ ਕਰ ਰਿਹਾ। ਕਾਫੀ ਚਿਰ ਤੋਂ ਇਹ ਵੱਖ ਵੱਖ ਅਫਸਰਾਂ ਨਾਲ ਇਹਨਾਂ ਨੇ ਡਿਊਟੀ ਕੀਤੀ ਹੈ। ਬਹੁਤ ਮਿਹਨਤੀ ਅਤੇ ਇਮਾਨਦਾਰ ਮਤਲਬ ਜਵਾਨ ਨੇ, ਇਹਨਾਂ ਨੇ ਅੱਜ ਆਪਣੀ 58 ਸਾਲ ਪੂਰੀ ਕਰਕੇ ਅਸੀਂ ਇਹਨਾਂ ਨੂੰ ਸ਼ਾਨਦਾਰ ਵਧਾਈ ਦਿੱਤੀ ਹੈ। ਸਾਡੇ ਸਾਰੇ ਅਫਸਰਾਂ ਜਵਾਨਾਂ ਨੇ, ਜੋ ਵੀ ਕਲੀਗ ਸੀ, ਬਹੁਤ ਵਧੀਆ। ਅਸੀਂ ਮਤਲਬ ਇਹਨਾਂ ਦੀਆਂ ਜਿੰਨੀਆਂ ਵੀ ਸੇਵਾਵਾਂ ਬਹੁਤ ਵਧੀਆ, ਉਹਨਾਂ ਦੀ ਥੈਂਕਸ ਕਰਦੇ ਹਾਂ। ਉਹ ਅਸੀਂ ਸਾਰੇ ਸਾਡਾ ਇਹ ਪਰਿਵਾਰ ਆ, ਰਲ ਕੇ ਅਸੀਂ ਸਾਰੇ ਮਤਲਬ ਜਵਾਨਾਂ ਨੇ ਇਹਨਾਂ ਦਾ ਮਤਲਬ ਸ਼ਾਨਦਾਰ ਤਰੀਕੇ ਨਾਲ ਅਸੀਂ ਇਹਨਾਂ ਦੀ ਵਿਦਾਇਗੀ, ਵੀ ਸਾਰੇ ਜਵਾਨਾਂ ਦਾ ਮਨੋਬਲ ਹੀ ਬਣਿਆ ਰਹੇ। ਸੰਯੋਗ ਨਾਲ ਕੋਈ ਗਿਫਟ ਵੀ ਦੇ ਰਹੇ ਸਰ? ਹਾਂ ਬਿਲਕੁਲ ਜੀ, ਅਸੀਂ ਇਹਨਾਂ ਨੂੰ ਕਹਿਣਾ ਤਾਂ ਨਹੀਂ ਚਾਹੀਦਾ ਕੀ ਦੇ ਰਹੇ, ਚਲੋ ਜੋ ਵੀ ਅਸੀਂ ਆਪਣੇ ਵੱਲੋਂ ਜੋ ਬਣਦਾ ਮਾਣ ਸਤਿਕਾਰ ਅਸੀਂ ਇਹਨਾਂ ਨੂੰ ਵਰਲਪੂਲ ਦੀ ਇੱਕ ਫ੍ਰਿਜ ਦਿੱਤੀ।